ਦੋਸਤੋ ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਜਿੱਥੇ ਕਿ ਗਿੱਪੀ ਗਰੇਵਾਲ ਪੜ੍ਹਾਈ ਕਰਦਾ ਹੁੰਦਾ ਹੈ ਤੇ ਪੜ੍ਹਾਈ ਦੇ ਦੌਰਾਨ ਹੀ ਇੱਕ ਲੜਕੀ ਦੇ ਨਾਲ ਮੁਹੱਬਤ ਕਰਦਾ ਹੁੰਦਾ ਹੈ। ਅਗਰ ਗਿੱਪੀ ਗਰੇਵਾਲ ਦੇ ਕਰੈਕਟਰ ਦੀ ਗੱਲ ਕੀਤੀ ਜਾਵੇ ਤੇ ਬਹੁਤ ਹੀ ਭੋਲਾ ਭਾਲਾ ਤੇ ਇਨੋਸੈਂਟ ਦਿਖਾਇਆ ਗਿਆ ਹੈ ਜੋ ਕਿ ਲਗਭਗ ਦਿਲ ਦੇ ਵਿੱਚ ਇੱਕ ਲੜਕੀ ਨੂੰ ਆਪਣੇ ਆਪ ਦੀ ਹੀਰ ਮੰਨੀ ਬੈਠਾ ਹੈ ਪਰ ਉਸਦਾ ਇਜ਼ਹਾਰ ਨਹੀਂ ਕਰਦਾ। ਲਗਭਗ 3 ਸਾਲ ਬਾਅਦ ਉਹ ਲੜਕੀ ਨੂੰ ਕਹਿੰਦਾ ਕਿ ਉਸਨੂੰ ਉਸਦੇ ਨਾਲ ਮੁਹੱਬਤ ਹੈ ਪਰ ਜਿਸ ਵਕਤ ਉਹ ਲੜਕੀ ਨੂੰ ਕਹਿੰਦਾ ਹੈ ਲੜਕੀ ਅੱਗੋਂ ਕਹਿੰਦੀ ਕਿ ਉਸਨੂੰ ਪਤਾ ਹੈ। ਲੜਕੀ ਵੀ ਆਪਣੇ ਅੰਦਰ ਉਸਨੂੰ ਇੱਕ ਇਨੋਸੈਂਟ ਇਨਸਾਨ ਸਮਝ ਕੇ ਟਾਲ ਦਿੰਦੀ ਹੈ ਤੇ ਦੋਸਤੋ ਉਸਨੂੰ ਹਾਂ ਤੇ ਨਾ ਦਾ ਜਵਾਬ ਨਾ ਦਿੰਦੇ ਹੋਏ ਕਹਾਣੀ ਅੱਗੇ ਵਧਦੀ ਹੈ। ਜੀ ਹਾਂ, ਇੱਥੇ ਦੂਸਰਾ ਕਰੈਕਟਰ ਜਿਹੜਾ ਬੜਾ ਹੀ ਦਿਲਚਸਪ ਹੈ, ਜੀ ਹਾਂ ਬੀਨੂ ਢਿੱਲੋਂ, ਜੋ ਕਿ ਇੱਕ ਬਦਮਾਸ਼ ਦਾ ਕਰੈਕਟਰ ਅਦਾ ਕਰ ਰਿਹਾ ਹੈ। ਆਓ ਵੇਖਦੇ ਹਾਂ। ਜੀਤਾ ਤੋਲਾ ਗਿਆ ਛੱਡ ਗਿਆ, ਮਤਲਬ ਤੁਹਾਨੂੰ ਮੈਂ ਸਮਝਾਉਂਦਾ, ਜੇ ਕਾਲਜ ਵਾਲੇ ਸਿੱਧੂ ਪ੍ਰਧਾਨ ਨੇ ਕਬਜ਼ਾ ਕਰ ਲਿਆ ਨੌਨ ਲਿਆ, ਫਿਰ ਮੇਰਾ ਬਾਈ ਦੋ ਵਾਰੀ ਅਗਰ ਇੱਕ ਅਸਰ ਖਾਧੇ ਜੇ ਚਲੋ ਇੱਥੋਂ। ਅਗਰ ਗੱਲ ਕੀਤੀ ਜਾਵੇ ਬੀਨੂ ਢਿੱਲੋਂ ਦੇ ਇਸ ਇੰਟਰਸਟ ਦੀ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਬਾਲੀਵੁੱਡ ਦੇ ਮਸ਼ਹੂਰ ਵਿਲਨ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਮਰੀਸ਼ ਪੁਰੀ ਸਾਹਿਬ ਦੀ, ਉਹਨਾਂ ਦੀ ਯਾਦ ਦਿਲਾਉਂਦਾ ਹੈ। ਇਸ ਤੋਂ ਬਾਅਦ ਇੱਕ ਗੱਲ ਤਾਂ ਬਿਲਕੁਲ ਸਪਸ਼ਟ ਹੈ ਕਿ ਬੀਨੂ ਢਿੱਲੋਂ ਨਾ ਕਿ ਕੋਮੇਡੀ ਵਿਲਨ ਦਾ ਵੀ ਕਿਰਦਾਰ ਜਿਹੜਾ ਹੈ ਅਮਰੀਸ਼ ਪੁਰੀ ਦੀ ਤਰ੍ਹਾਂ ਕਰ ਸਕਦਾ ਹੈ। ਜਿਸ ਸਮੇਂ ਬੀਨੂ ਢਿੱਲੋਂ ਕਾਲਜ ਦੇ ਵਿੱਚ ਇੱਕ ਜ਼ਮੀਨ ਦਾ ਕਬਜ਼ਾ ਲੈਣ ਵਾਸਤੇ ਕਾਲਜ ਦੇ ਵਿੱਚ ਇੰਟਰਸਟ ਕਰਦਾ ਆ ਤੇ ਬੀਨੂ ਢਿੱਲੋਂ ਦੀ ਉੱਤੇ ਜਿਹੜੀ ਇੱਕ ਕੁੜੀ ਲੱਟੂ ਹੋ ਜਾਂਦੀ ਹੈ, ਇਹ ਉਹੋ ਹੀ ਕੁੜੀ ਆ ਜਿਸ ਦੇ ਉੱਤੇ ਗਿੱਪੀ ਗਰੇਵਾਲ ਮਰਦਾ ਹੁੰਦਾ ਆ। ਬੀਨੂ ਢਿੱਲੋਂ ਦਾ ਚੱਲਣ ਦਾ ਸਟਾਈਲ, ਬੋਲਣ ਦਾ ਸਟਾਈਲ ਤੇ ਕੱਪੜੇ ਪਾਉਣ ਦਾ ਸਟਾਈਲ ਇੱਕ ਬਿਲਕੁਲ ਡਿਫਰੈਂਟ ਦਿਖਾਇਆ ਗਿਆ ਹੈ ਮਰ ਗਏ ਉਹ ਲੋਕੋ ਦੇ ਵਿੱਚ। ਅਗਰ ਗੱਲ ਕੀਤੀ ਜਾਵੇ ਮਸਲਾ ਕੀ ਸੀ ਇਸ ਸਮੇਂ ਫਿਲਮ ਦੇ ਵਿੱਚ, ਉਹ ਮਸਲਾ ਚੱਲ ਰਿਹਾ ਹੈ ਕਿ ਬੀਨੂ ਢਿੱਲੋਂ ਦੇ ਜਿਸ ਕੋਠੀ ਦੇ ਉੱਤੇ ਅੱਖ ਹੈ ਉਸ ਕੋਠੀ ਕਾਲਜ ਦੇ ਛੋਟੇ ਛੋਟੇ ਬਦਮਾਸ਼ਾਂ ਨੇ ਉਸ ਕੋਠੀ ਦੇ ਉੱਤੇ ਆਪਣੀ ਅੱਖ ਰੱਖੀ ਹੈ ਤੇ ਬੀਨੂ ਢਿੱਲੋਂ ਸਿੱਧਾ ਜਾ ਕੇ ਉਹਨਾਂ ਦੀ ਹਿੱਕ ਦੇ ਵਿੱਚ ਵੱਜਦਾ ਹੈ ਤੇ ਕਹਿੰਦਾ ਹੈ ਕਿ ਜਿਸ ਜਗ੍ਹਾ ਦੇ ਉੱਤੇ ਉਸ ਦੀ ਅੱਖ ਹੋਵੇ ਉੱਥੇ ਕੋਈ ਹੋਰ ਅੱਖ ਜੇ ਰੱਖੇ ਤਾਂ ਮੈਂ ਉਹਦੀ ਅੱਖ ਕੱਢ ਦਿੰਦਾ ਹਾਂ ਤੇ ਬਸ। ਇਸ ਤੋਂ ਬਾਅਦ ਕੀ ਹੈ, ਇੱਕ ਥੱਪੜ ਮਾਰਦਾ ਹੈ ਜਿਸ ਦੇ ਨਾਲ ਜਿਹੜਾ ਉਹ ਬੰਦਾ ਸਦਾ ਲਈ ਬੋਲਾ ਹੋ ਚੁੱਕ ਜਾਂਦਾ ਹੈ। ਅਗਰ ਗੱਲ ਕੀਤੀ ਜਾਵੇ ਇੱਥੇ ਡਾਇਲੋਗਸ ਦੀ ਤਾਂ ਇੱਥੇ ਬਹੁਤ ਖੂਬਸੂਰਤ ਡਾਇਲੋਗ ਹੈ ਕਿ ਜੇ ਪਸਤੌਲ ਚਲਾਣੀ ਨਹੀਂ ਆਉਂਦੀ ਤਾਂ ਕੱਢੀ ਨਾ। ਬਸ ਇੱਥੋਂ ਹੀ ਜਿਹੜੀ ਫਿਲਮ ਦੀ ਸਟੋਰੀ ਜਿਹੜੀ ਹੈ ਘੁੰਮਦੀ ਹੈ ਜੀ। ਇਹ ਘੁੰਮਣ ਵਾਲਾ ਪੁਆਇੰਟ ਇਸ ਕਰਕੇ ਆ ਕਿ ਜਿਸ ਤਰ੍ਹਾਂ ਜਿਹੜੇ ਕਾਲਜ ਦੇ ਛੋਟੇ ਛੋਟੇ ਬਦਮਾਸ਼ ਹੈ ਉਹਨਾਂ ਦੇ ਦਿਲ ਵਿੱਚ ਆ ਜਾਂਦਾ ਕਿ ਕਿਉਂ ਨਾ ਜਿਹੜਾ ਹੈ ਬੀਨੂ ਢਿੱਲੋਂ ਕੋ ਬਦਲਾ ਲਿਆ ਜਾਵੇ, ਪਰ ਇੱਥੇ ਜਿਹੜੀ ਕੁੜੀ ਹੈ ਉਹ ਬਿਲਕੁਲ ਡਿਫਰੈਂਟ ਸੋਚ ਰਹੀ ਹੈ। ਉਹ ਸੋਚ ਰਹੀ ਹੈ ਕਿ ਬੀਨੂ ਢਿੱਲੋਂ ਬਹੁਤ ਹੀ ਚੰਗਾ ਇਨਸਾਨ ਹੈ ਤੇ ਲੋਕਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਗਲਾਉਂਦਾ ਆ। ਸੋ ਦੋਸਤੋ, ਗੱਲ ਕੀਤੀ ਜਾਵੇ ਸਟੋਰੀ ਦੇ ਟਵਿਸਟ ਦੀ ਤਾਂ ਬਸ ਇੱਥੋਂ ਹੀ ਟਵਿਸਟ ਸ਼ੁਰੂ ਹੋ ਜਾਂਦਾ ਹੈ। ਲੜਕੀ ਪਹੁੰਚ ਜਾਂਦੀ ਹੈ ਸਿੱਧਾ ਬੀਨੂ ਢਿੱਲੋਂ ਕੋਲ ਕਿਉਂਕਿ ਉਸਦੇ ਇੱਕ ਰਿਸ਼ਤੇਦਾਰ ਦਾ ਜਿਹੜੀ ਕੋਠੀ ਹੈ ਉਸ ਤੇ ਕਿਸੇ ਨੇ ਕਬਜ਼ਾ ਕੀਤਾ ਹੈ ਤੇ ਲੜਕੀ ਸੋਚਦੀ ਹੈ ਕਿ ਬੀਨੂ ਢਿੱਲੋਂ ਉਸਦੀ ਕੋਠੀ ਦਾ ਜਿਹੜਾ ਕਬਜ਼ਾ ਜਿਹੜਾ ਹੈ ਉਹ ਛੁਡਾ ਦੇਗਾ ਕਿਉਂਕਿ ਉਹ ਬੀਨੂ ਢਿੱਲੋਂ ਨੂੰ ਬਹੁਤ ਹੀ ਇਮਾਨਦਾਰ ਇਨਸਾਨ ਸਮਝਦੀ ਹੈ। ਉਸਨੂੰ ਇਹ ਵੀ ਨਹੀਂ ਪਤਾ ਕਿ ਜਿਸ ਕੋਠੀ ਦੇ ਉੱਤੇ ਕਬਜ਼ਾ ਕੀਤਾ ਹੈ ਉਹ ਕੋਈ ਹੋਰ ਨਹੀਂ ਬੀਨੂ ਢਿੱਲੋਂ ਹੀ ਹੈ। ਪਰ ਇਸ ਜਗ੍ਹਾ ਦੇ ਉੱਤੇ ਇੱਕ ਹੋਰ ਟਵਿਸਟ ਆਉਂਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਬੀਨੂ ਢਿੱਲੋਂ ਜਿਸ ਸਮੇਂ ਆਪਣੇ ਘਰ ਤੋਂ ਬਾਹਰ ਜਾਂਦਾ ਆ ਦੂਸਰੇ ਪਾਸੇ ਗਿੱਪੀ ਗਰੇਵਾਲ ਜਾਂਦਾ ਹੈ, ਉਹਨਾਂ ਦੋਨਾਂ ਦੇ ਉੱਤੇ ਇੱਕੋ ਜਗ੍ਹਾ ਦੇ ਉੱਤੇ ਅਟੈਕ ਹੁੰਦਾ। ਗਿੱਪੀ ਗਰੇਵਾਲ ਦੇ ਵਿੱਚ ਇੱਕ ਕਾਰ ਵੱਜਦੀ ਹੈ ਤੇ ਦੂਸਰੇ ਪਾਸੇ ਬੀਨੂ ਢਿੱਲੋਂ ਦੇ ਅੰਦਰ ਗੋਲੀਆਂ ਭਜੀਆਂ, 50 ਗੋਲੀਆਂ ਉਹਦੇ ਦੁਸ਼ਮਣ ਜਿਹੜੇ ਆ ਉਹਦੇ ਅੰਦਰ ਮਾਰ ਦਿੰਦੇ ਨੇ ਜਿੱਥੇ ਕਿ ਦੋਨਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ। ਗਿੱਪੀ ਗਰੇਵਾਲ ਨੂੰ ਗਲਤੀ ਦੇ ਨਾਲ ਜਮਦੂਤ ਜਿਹੜੇ ਆ ਉੱਪਰ ਲੈ ਜਾਂਦੇ ਨੇ, ਦੂਸਰੇ ਪਾਸੇ ਬੀਨੂ ਢਿੱਲੋਂ ਅਜੇ ਵੀ ਬੈੱਡ ਦੇ ਉੱਤੇ ਹਸਪੀਟਲ ਤੇ ਪਿਆ ਆ। ਜਦੋਂ ਪਤਾ ਲੱਗਦਾ ਹੈ ਧਰਮਰਾਜ ਨੂੰ ਕਿ ਗਲਤ ਜਿਹੜਾ ਆ ਬੰਦਾ ਚੱਕ ਲਿਆ ਆ ਜਮਦੂਤ, ਤਾਂ ਉਹ ਤੁਰੰਤ ਆਰਡਰ ਦਿੰਦੇ ਆ ਕਿ ਇਸ ਨੂੰ ਵਾਪਸ ਲੈ ਕੇ ਜਾਇਆ ਜਾਵੇ। ਪਰ ਉਨੀ ਦੇਰ ਨੂੰ ਗਿੱਪੀ ਗਰੇਵਾਲ ਦਾ ਸਰੀਰ ਜਿਹੜਾ ਹੈ ਉਹ ਸਾੜ ਦਿੱਤਾ ਜਾਂਦਾ ਹੈ ਤੇ ਉਸ ਨੂੰ ਜਿਹੜਾ ਦੂਸਰਾ ਸਰੀਰ ਦਿੱਤਾ ਜਾਂਦਾ ਹੈ ਉਹ ਦਿੱਤਾ ਜਾਂਦਾ ਹੈ ਬੀਨੂ ਢਿੱਲੋਂ ਦਾ। ਬਸ ਇੱਥੋਂ ਇਹ ਟਵਿਸਟ ਸ਼ੁਰੂ ਹੁੰਦਾ ਕਿ ਬੀਨੂ ਢਿੱਲੋਂ ਤੇ ਗਿੱਪੀ ਗਰੇਵਾਲ ਜਿਹੜਾ ਜਦੋਂ ਉਹਦੇ ਸਰੀਰ ਦੇ ਵਿੱਚ ਵੜਦਾ ਹੈ ਤੇ ਕਿਹੜੇ ਕਿਹੜੇ ਨਵੇਂ ਕਾਰਨਾਮੇ ਕਰਦਾ ਹੈ ਇਸ ਨੂੰ ਹੀ ਦਰਸਾਉਂਦੀ ਹੈ ਮਰ ਗਏ ਹੋਏ ਲੋਕੋ। ਸੋ ਦੋਸਤੋ, ਓਵਰਆਲ ਗੱਲ ਕੀਤੀ ਜਾਵੇ ਤਾਂ ਫਿਲਮ ਬਹੁਤ ਹੀ ਇੰਟਰਸਟਿੰਗ ਹੈ, ਬਹੁਤ ਹੀ ਰੋਚਕ ਹੈ। ਸੋ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਦੇਖਣ ਦਾ ਜੋ ਮਜ਼ਾ ਆ ਉਹ ਕਿਸੇ ਹੋਰ ਫਿਲਮ ਨੂੰ ਨਹੀਂ। ਅਗਰ ਗੱਲ ਕੀਤੀ ਜਾਵੇ ਪੰਜਾਬੀ ਦੀ ਬਾਹੂਬਲੀ, ਤੇ ਇਹ ਪੰਜਾਬੀ ਦੀ ਬਾਹੂਬਲੀ ਪਿਕਚਰ ਹੈ। ਸੋ ਦੋਸਤੋ, ਇੱਥੇ
ਉਸ ਸੀਨ ਦੀ ਵੀ ਆਪਾਂ ਚਰਚਾ ਕਰਾਂਗੇ ਜਿਸ ਸਮੇਂ ਬਿਨੂ ਢਿੱਲੋਂ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਮਰਿਆ ਪਿਆ ਹੁੰਦਾ ਹੈ ਅਤੇ ਉਸਦੇ ਵਿੱਚ ਫਿਰ ਇੱਕ ਵਾਰ ਗਿੱਪੀ ਗਰੇਵਾਲ ਦੀ ਰੂਹ ਆ ਜਾਂਦੀ ਹੈ। ਬਹੁਤ ਹੀ ਕੌਮੇਡੀ ਖੂਬਸੂਰਤ ਦਿਖਾਈ ਗਈ ਹੈ ਜਿਸ ਸਮੇਂ ਗਿੱਪੀ ਗਰੇਵਾਲ ਕਦੇ ਤਾਂ ਬਿਨੂ ਢਿੱਲੋਂ ਦੀ ਬੌਡੀ ਦੇ ਵਿੱਚ ਵੜਦਾ ਹੈ ਅਤੇ ਕਦੇ ਐਗਜ਼ਿਟ ਕਰਦਾ ਹੈ, ਕਦੇ ਵੜਦਾ ਹੈ ਅਤੇ ਕਦੇ ਨਿਕਲਦਾ ਹੈ। ਇਹ ਵਾਰ ਵਾਰ ਜਦੋਂ ਹੁੰਦਾ ਆ ਇਸ ਦੇ ਉੱਤੇ ਜਿਹੜਾ ਹਾਸਾ ਜਿਹੜਾ ਕ੍ਰੀਏਟ ਹੁੰਦਾ ਹੈ ਬੜਾ ਹੀ ਸੋਹਣਾ ਹੈ। ਸੋ ਓਵਰਆਲ ਫਿਲਮ ਬਹੁਤ ਹੀ ਖੂਬਸੂਰਤ ਹੈ। ਅਗਰ ਗੱਲ ਕੀਤੀ ਜਾਵੇ ਇਸ ਫਿਲਮ ਨੂੰ ਰੇਟਿੰਗ ਦੀ ਤਾਂ 5 ਦੇ ਵਿੱਚੋਂ 7 ਸਟਾਰ ਜਿਹੜੇ ਆ ਅਸੀਂ ਦੇ ਰਹੇ ਹਾਂ। ਇਸੇ ਦੇ ਨਾਲ ਹੀ ਦੇਖਦੇ ਰਹੋ ਸਾਡਾ ਚੈਨਲ। ਸੋ ਚੱਲਦੇ ਆ ਅਗਲੀ ਵਾਰ ਇੱਕ ਹੋਰ ਫਿਲਮ ਦੇ ਉੱਤੇ, ਪੂਰਾ ਵੇਰਵੇ ਵਾਈਜ਼ ਸਮਝਾਵਾਂਗੇ ਫਿਲਮ ਦੀ ਸਟੋਰੀ।